अस मंगल गावो सखी मिल हो रस 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 मंगल गावो हम कर साजन आया हम कर साजन आया हम कर साजन आया हम कर साजन आया सखी मिल हो रस मंगल गावो सखी मिल हो रस मंगल गावो सखी मिल हो रस मंगल गावो आवो मीत प्यारे मंगल गावो नारे आवो मीत प्यारे मंगल गावो नारे सच मंगल गावो ता प्रभु पावो सोहे लड़ा जोग चारे सच मंगल गावो ता प्रभु पावो सोहे लड़ा जोग चारे अपने घर आया थान सोहाया कारज शब्द सवारे कारज शब्द सवारे कारज शब्द सवारे सखी मिल हो रस मंगल गावो सखी मिल हो रस मंगल गावो हम कर साजन आया हम कर साजन आया हम कर हम कर साजन आया सखी मिल हो रस मंगल गावो सखी मिल हो रस मंगल गावो ज्ञान महारस नेत्रियन त्रिपवन रूप दिखाया ज्ञान महारस नेत्रियंजन त्रिपवन रूप दिखाया सखी मिलो रस मंगल गावो सखी मिलो सखी मिल हो रस मंगल गावो हम कर साजन आया हम कर साजन आया हम कर साजन आया हम कर मिलवा रस मंगल गावो
ਸੱਚੇ ਪਾਤਸ਼ਾਹ ਗਰੀਬ ਨਿਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਰਬ੍ਰਹਮ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜ਼ੂਰ ਸਭ ਕਲਾ ਭਰਪੂਰ ਕਹੋ ਜੀ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਸਾਲ ਦੀ ਤਰ੍ਹਾਂ ਸਰਦਾਰ ਜਗਬੀਰ ਸਿੰਘ ਜੀ ਸਮੇਤ ਪਰਿਵਾਰ ਸਾਰਾ ਪਰਿਵਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸਤਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਮਨਾਉਣ ਵਾਸਤੇ ਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਉੱਦਮ ਦਾ ਸਦਕਾ ਸੇਵਾ ਨਿਭਾਉਂਦੇ ਨੇ ਗੁਰੂ ਜੀ ਦੀਆਂ ਸੰਗਤਾਂ ਗੁਰੂ ਜੀ ਦੇ ਪਿਆਰ ਵਿੱਚ ਦੂਰ ਨੇੜਿਓਂ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਪਿਆਰੇ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਮਨਾਉਣ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਭ ਸੰਗਤਾਂ ਸਤਿਕਾਰਯੋਗ ਬਾਬਾ ਜੀ ਬਾਬਾ ਹਰਭਜਨ ਸਿੰਘ ਜੀ ਇਸ ਪਰਿਵਾਰ ਦਾ ਮਹਾਂਪੁਰਖਾਂ ਦੇ ਅਸਥਾਨ ਨਾਲ ਬੜਾ ਪਿਆਰ ਹੈ ਪਿਤਾ ਪੁਰਖੀ ਅਸਥਾਨ ਦੇ ਨਾਲ ਪਿਆਰ ਹੈ ਬਾਬਾ ਜੀ ਅਸਥਾਨ ਦੇ ਮੁਖੀ ਹਨ ਉਹ ਇਸ ਪਰਿਵਾਰ ਦੇ ਨਾਲ ਬੜਾ ਪਿਆਰ ਕਰਦੇ ਨੇ ਲੰਮੇ ਸਮੇਂ ਤੋਂ ਬੈਠ ਕੇ ਹਾਜ਼ਰੀ ਭਰ ਰਹੇ ਨੇ ਬੇਅੰਤ ਰਾਗੀ ਜਥਿਆਂ ਨੇ ਆਪ ਜੀ ਨੂੰ ਕੀਰਤਨ ਸੁਣਾਇਆ ਗਿਆਨੀ ਵਿਸ਼ਾਲ ਸਿੰਘ ਜੀ ਜੋ ਬੜੀ ਸੁੰਦਰ ਆਪ ਜੀ ਨੂੰ ਸੋਹਣੀ ਕਥਾ ਸੁਣਾਈ ਗੁਰੂ ਜੀ ਦੀ ਮਹਿਮਾ ਸੁਣਾਈ ਉਹਨਾਂ ਨੇ ਬੇਅੰਤ ਵਾਰਾ ਸ਼ੁਕਰ ਧੰਨਵਾਦ ਹੈ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨਾਂ ਦੀ ਕਿਰਪਾ ਦੇ ਨਾਲ ਆਪਾਂ ਨੂੰ ਇਹ ਆਨੰਦ ਮਾਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹਨ ਮੈਂ ਬਹੁਤ ਲੰਮਾ ਸਮਾਂ ਨਹੀਂ ਲਾਵਾਂਗਾ ਥੋੜ੍ਹਾ ਸਮਾਂ ਕਿਉਂ ਹਨੇਰਾ ਹੋ ਰਿਹਾ ਹੈ ਰੁੱਤ ਐਸੀ ਹੈ ਸੰਗਤਾਂ ਦੂਰ ਦੂਰ ਜਾਣਾ ਹੈ ਗੁਰੂ ਸਾਹਿਬ ਦੀ ਮਹਿਮਾ ਬਹੁਤ ਵੱਡੀ ਹੈ ਜਿੰਨਾ ਚਿਰ ਮਰਜ਼ੀ ਕਰਦੇ ਰਹੋ ਮੁੱਕਣ ਵਾਲੀ ਨਹੀਂ ਬਸ ਆਪਾਂ ਦੇ ਗਰੀਬਾਂ ਨੇ ਹਾਜ਼ਰੀ ਲਵਾਉਣੀ ਹੈ ਸੱਚੇ ਪਾਤਸ਼ਾਹ ਸਾਡੀ ਹਾਜ਼ਰੀ ਲਾ ਲੈਣ ਤੇ ਜੈਸੇ ਕੈਸੇ ਵੀ ਗੁਰੂ ਸਾਹਿਬ ਸਾਨੂੰ ਆਪਣੇ ਬਣਾ ਲੈਣ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਜੀ ਆਪਣੇ ਬਣਾ ਲੈਣ ਕਿਉਂ ਸਾਨੂੰ ਹੋਰ ਕੋਈ ਆਸਰਾ ਵੀ ਨਹੀਂ ਹੈਗਾ ਗੁਰੂ ਘਰ ਤੋਂ ਬਿਨਾਂ ਕੋਈ ਆਸਰਾ ਨਹੀਂ ਕੋਈ ਆਸਰਾ ਨਹੀਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਹਰ ਤਰ੍ਹਾਂ ਕਰਕੇ ਕਿਰਪਾ ਕਰਨ ਵਾਲੇ ਹਨ ਸਰਬ ਦੁੱਖ ਭੰਜਨ ਹਾਰ ਹਨ ਸਰਨ ਪਿਆਂ ਦੀ ਲਾਜ ਰੱਖਦੇ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਰ ਵੇਲੇ ਔਗੁਣਾਂ ਨੂੰ ਨਾ ਚਿਤਾਰਦੇ ਹੋਏ ਸਹਾਇਤਾ ਕਰਦੇ ਹਨ ਤੇ ਹਰ ਵੇਲੇ ਕਿਰਪਾ ਕਰਦੇ ਹਨ ਸੱਚੇ ਪਾਤਸ਼ਾਹ ਜਿਹਨਾਂ ਸੇਵਾ ਕੀਤੀ ਉਹਨਾਂ ਤੋਂ ਬਹੁਤ ਖੁਸ਼ੀਆਂ ਜਿਹੜੇ ਨਹੀਂ ਵੀ ਸੇਵਾ ਕਰ ਸਕੇ ਚਰਨਾਂ ਵਿੱਚ ਹਾਜ਼ਰ ਹੋਏ ਉਹਨਾਂ ਤੋਂ ਵੀ ਬੜੀ ਮਿਹਰ ਕੀਤੀ ਗਰੀਬਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜ ਬਖਸ਼ੇ ਰਾਜ ਭਾਗ ਵਾਲੇ ਬਣਾ ਦਿੱਤਾ ਗਰੀਬਾਂ ਨੂੰ ਭਾਵੇਂ ਰਿਆਸਤਾਂ ਖਤਮ ਹੋ ਗਈਆਂ ਨੇ ਰਾਜਿਆਂ ਦੇ ਰਾਜ ਖੁੱਸ ਗਏ ਨੇ ਪਰ ਮਹਾਰਾਜ ਦੇ ਬਖਸ਼ੇ ਹੋਏ ਬਚਨਾਂ ਦਾ ਸਦਕਾ ਅਜੇ ਵੀ ਉਹ ਖਾਨਦਾਨ ਮਹਾਰਾਜੇ ਵੱਜਦੇ ਨੇ ਜਿਹਨਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਸੋ ਇਹ ਸ਼ਬਦ ਸਰਵਣ ਕਰੋ ਤੇ ਛੇਤੀ ਸੰਪੂਰਨਤਾ ਹੀ ਕਰਾਂਗੇ ਕਵੀਸ਼ਰੀ ਜਥੇ ਸਾਹਮਣੇ ਬਹੁਤ ਬੈਠੇ ਨੇ ਮੇਰਾ ਸੁਭਾਅ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਵੀ ਆਵੇ ਕੋਈ ਨਿਰਾਸ਼ ਨਾ ਜਾਵੇ ਕੋਈ ਨਿਰਾਸ਼ ਨਾ ਜਾਵੇ ਇਸ ਵਾਸਤੇ ਮੈਂ ਸਮਾਂ ਬਹੁਤ ਥੋੜ੍ਹਾ ਲਾਵਾਂਗਾ ਤੇ ਬੇਨਤੀ ਹੈ ਕਵੀਸ਼ਰੀ ਜਥਿਆਂ ਨੂੰ ਭਾਈ ਦੋ ਦੋ ਚਾਰ ਚਾਰ ਮਿੰਟ ਦੀ ਹਾਜ਼ਰੀ ਲਵਾਇਓ ਤੇ ਵਧਾਈਆਂ ਦਾ ਸ਼ਬਦ ਸੁਣਾਇਓ ਹੋਰ ਕੁਝ ਨਾ ਸ਼ੁਰੂ ਕਰ ਦਿਓ ਗੁਰੂ ਮਹਾਰਾਜ ਦੀ ਮਹਿਮਾ ਸੁਣਾਇਓ ਗੁਰੂ ਜੀ ਦਾ ਜਸ ਸੁਣਾਇਓ ਹੋਰ ਨਾ ਕੁਝ ਸ਼ੁਰੂ ਕਰਿਓ ਬਸ ਮਹਾਰਾਜ ਦੀ ਵਡਿਆਈ ਸੁਣਾ ਦਿਓ ਦੋ ਦੋ ਚਾਰ ਚਾਰ ਮਿੰਟ ਸਾਨੂੰ ਬਹੁਤ ਆ ਤੁਹਾਡੇ ਹਾਂਜੀ ਤੇ ਸੱਚੇ ਪਾਤਸ਼ਾਹ ਸਾਡੀ ਸਾਰਿਆਂ ਦੀ ਹਾਜ਼ਰੀ ਲਾ ਲੈ
किन महनी जिकीट को राज पार ब्रह्म गरीब निवाज किन महनी जिकीट को राज पार ब्रह्म गरीब निवाज किन महनी जिकीट को राज पार ब्रह्म गरीब निवाज पार ब्रह्म गरीब निवाज पार ब्रह्म गरीब निवाज जाका दृष्टि कछु आवे जाका दृष्टि कछु ना आवे किस तत्काल दह किस प्रगटावे तिस तत्काल दह किस प्रगटावे खिन महनीत गीत को राज पार ब्रह्म गरीब निवाज किन महनीत गीत को राज पार ब्रह्म गरीब निवाज गरीब निवाज गरीब निवाज किन महनीत गीत को राज पार ब्रह्म पार ब्रह्म गरीब निवाज किन महनीत गीत को राज पार ब्रह्म गरीब निवाज जाको अपनी करे बख्शीस जाको अपनी करे बख्शीस जाको अपनी करे बख्शीस ताका लिखा नगन जगदीश ताका लिखा नगन जगदीश किन महनीत गीत को राज पार ब्रह्म राज पार ब्रह्म गरीब निवाज जियो पिंड सब देस की रास जियो पिंड सब देस की रास घट घट पूरन ब्रह्म परगास घट घट पूरन ब्रह्म परगास अपनी बणक आप बनाई अपनी बणक आप बनाई नानक जीवे देख बढ़ाई नानक जीवे देख बढ़ाई खिन महनीत गीत को राज पार ब्रह्म गरीब निवाज खिन महनीत गीत को राज पार ब्रह्म गरीब निवाज खिन महनीत गीत को राज पार ब्रह्म गरीब निवाज
ਗਰੀਬਾਂ ਨੂੰ ਨਵਾਜਣ ਵਾਲੇ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰੂ ਪੁਰਬ ਆਪਾਂ ਮਨਾ ਰਹੇ ਹਾਂ। ਬੇਨਤੀ ਕਰੀਏ ਸੱਚੇ ਪਾਤਸ਼ਾਹ, ਅਸੀਂ ਵੀ ਗਰੀਬ ਹਾਂ, ਅਸੀਂ ਵੀ ਗਰੀਬ ਹਾਂ, ਸਾਡੇ ਤੇ ਦਇਆ ਕਰੋ, ਕਿਰਪਾ ਕਰੋ, ਮਿਹਰ ਕਰੋ, ਬਖਸ਼ਿਸ਼ ਕਰੋ, ਨਦਰ ਕਰੋ। ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਪੜ੍ਹੀਏ ਜੀ ਸਾਰੇ ਤਨਾਸਰੀ ਮਹੱਲਾ ਪੰਜਵਾਂ, ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮਨ ਬਿਲਾਸ ਪੈ ਸਾਹਿਬ ਗਿਆ, ਜਰ ਜਰ ਦੇਖ ਵਡਾਈ, ਮਨ ਬਿਲਾਸ ਪੈ ਸਾਹਿਬ ਗਿਆ, ਜਰ ਜਰ ਦੇਖ ਵਡਾਈ, ਮਨ ਬਿਲਾਸ ਪੈ ਸਾਹਿਬ ਗਿਆ, ਜਰ ਜਰ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈ ਜਗਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈ ਜਗਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈ ਜਗਾਈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਤਪਾਲੇ। ਸਲੋਕ ਛਾਤੀ ਸੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ। ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ। ਕਵੀਸ਼ਰੀ ਜਥਿਆਂ ਨੂੰ ਬੇਨਤੀ ਹੈ ਕਿ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਅੱਗੇ ਆ ਜਾਣ, ਅਤੇ ਹੁਣ ਸਾਡੀ ਬੇਨਤੀ ਹੈ ਵੀ ਜਿਸ ਤਰ੍ਹਾਂ ਅਸੀਂ ਹੁਣ ਤੁਹਾਡਾ ਸਨਮਾਨ ਕੀਤਾ, ਇਸ ਤਰ੍ਹਾਂ ਹੁਣ ਤੁਸੀਂ ਟਾਈਮ ਦੀ ਕਦਰ ਰੱਖਿਓ। ਹਾਂਜੀ, ਅਤੇ ਪੰਜ ਮਿੰਟ ਤੋਂ ਵੱਧ ਨਾ ਕੋਈ ਜੱਥਾ ਲਾਵੇ, ਸਮਾਂ ਬਹੁਤ ਹੋ ਰਿਹਾ, ਸੰਗਤਾਂ ਦੂਰ ਦੂਰ ਜਾਣਾ। ਸੰਗਤ ਜੀ ਸਰਦਾਰ ਜਗਵੀਰ ਸਿੰਘ ਜੀ ਸ਼ੀਲਾ, ਉਹਨਾਂ ਦੇ ਘਰ ਵਾਲੇ ਬੀਬੀ ਜੀ, ਜੋ ਦਿਨ ਰਾਤ ਬੜੇ ਪ੍ਰੇਮ ਨਾਲ ਸੇਵਾ ਕਰਦੇ ਨੇ, ਨਾਲ ਉਹਨਾਂ ਦੇ ਪੁੱਤਰਾਂ ਦਾ ਬੜਾ ਉਹਨਾਂ ਦੇ ਸਹਿਯੋਗ ਹੈ, ਸਾਰੇ ਪਰਿਵਾਰ ਦਾ ਬੜਾ ਸਾਥ ਹੈ, ਬੜੀ ਸੇਵਾ ਕਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਬਹੁਤ ਬਹੁਤ ਬਲ ਬਖਸ਼ਣ, ਗੁਰੂ ਮਹਾਰਾਜ ਦਾ ਗੁਰਪੁਰਬ ਮਨਾਉਣ ਦਾ। ਸਰਦਾਰ ਅੰਮ੍ਰਿਤਪਾਲ ਸਿੰਘ ਜੀ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਆਏ ਨੇ, ਸਾਹਮਣੇ ਖੜੇ ਨੇ, ਇਹ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਆਏ ਗੁਰਪੁਰਬ ਦੇ ਸਮਾਗਮ ਵਿੱਚ ਹਾਜ਼ਰੀ ਲਵਾਉਣ। ਇਹ ਹੱਥ ਜੋੜ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਨੂੰ ਬੇਨਤੀ ਕਰਦੇ ਆ ਵੀ ਅਗਲੇ ਮਹੀਨੇ ਦੇ ਪਹਿਲੇ ਐਤਵਾਰ ਦਾ ਜਿਹੜਾ ਸਮਾਗਮ ਆ ਉਹ ਇਹਨਾਂ ਦੇ ਗ੍ਰਹਿ ਵਿਖੇ। ਕਿੰਨਾ ਮਾਰਚ? ਇੱਕ ਮਾਰਚ ਪਹਿਲਾ ਐਤਵਾਰ ਜਿਹੜਾ ਆਉਣ ਵਾਲੇ ਮਹੀਨੇ ਦਾ, ਮਾਰਚ ਮਹੀਨੇ ਦਾ ਹੋਏਗਾ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹੁਤੀ ਸੰਗਤ ਨੂੰ ਇਹਨਾਂ ਦੇ ਘਰ ਦਾ ਪਤਾ ਹੈ। ਤਕਰੀਬਨ ਸਵੇਰੇ 10-10:30 ਵਜੇ ਮਹਾਰਾਜ ਦੀ ਬਾਣੀ ਦੇ ਪਾਠ ਸੰਪੂਰਨ ਹੁੰਦੇ ਨੇ, ਫਿਰ ਕੀਰਤਨ ਆਰੰਭ ਹੁੰਦਾ ਹੈ। ਪਿਛਲੇ ਪਹਿਰ ਤੱਕ 4-5 ਵਜੇ ਤੱਕ ਕੀਰਤਨ ਸਮਾਗਮ ਚੱਲਦਾ ਹੈ। ਮਹਾਂਪੁਰਖ ਸੰਤ ਤੇਜਾ ਸਿੰਘ ਜੀ, ਡਬਲ ਐਮਏ, ਜਿਨ੍ਹਾਂ ਨੇ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੀ ਦੀ ਸੰਗਤ ਕਰਕੇ ਬਹੁਤ ਵੱਡੀ ਸੇਵਾ ਕੀਤੀ, ਉਹਨਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਰਹੇ, ਉਹਨਾਂ ਦੇ ਮਨ ਦੀ ਸ਼ਰਧਾ। ਹਰ ਸਾਲ ਉਹ ਨਵਾਂ ਪੁਰਖਾਂ ਦਾ ਦਿਹਾੜਾ ਮਨਾਉਂਦੇ ਨੇ,
ਬੇਨਤੀ ਕਰਨ ਵਾਸਤੇ ਆਏ ਨੇ ਸੰਗਤ ਨੂੰ ਵੀ ਸੰਗਤ ਇਹਨਾਂ ਦੇ ਗ੍ਰਹਿ ਵਿਖੇ ਦਰਸ਼ਨ ਦੇਵੇ। ਸੋ 1 ਮਾਰਚ ਨੂੰ ਸਵੇਰੇ ਆਪਾਂ ਇੱਥੋਂ ਅੰਮ੍ਰਿਤਸਰ ਤੋਂ ਸੰਗਤਾਂ ਨੇ ਚੱਲਣਾ ਹੈ, ਬੇਨਤੀ ਕਰਨ ਆਏ ਨੇ, ਬੇਨਤੀ ਇਹਨਾਂ ਦੀ ਪ੍ਰਵਾਨ ਕਰਿਓ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ। ਹੁਣ ਕਮਿਸ਼ਨਰੀ ਜੱਥੇ ਨੂੰ ਬੇਨਤੀ ਹੈ ਵੀ 5 ਮਿੰਟ ਦੇ ਅੰਦਰ ਅੰਦਰ ਆਪਣੀ ਹਾਜ਼ਰੀ ਲਵਾਉਣੀ ਆ। ਜਿਹੜੇ 2-3 ਜੱਥੇ ਨੇ ਉਹ ਬਸ ਇੰਨਾ ਇੰਨਾ ਸਮਾਂ ਲਾ ਕੇ ਫਿਰ ਰਹਿਰਾ ਸਾਹਿਬ ਦਾ ਟਾਈਮ ਹੋ ਰਿਹਾ ਹੈ ਅਤੇ ਸੰਪੂਰਨਤਾ ਹੀ ਆਉਣੀ। ਵਾਹਿਗੁਰੂ ਲਾਂਝੁਕਾਂ ਦੀ ਖਿਮਾ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਿ ਸ਼੍ਰੀ ਅਕਾਲ।